ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਥੇਦਾਰ ਸੰਤੋਖ ਸਿੰਘ ਜੀ ਜੀਵਨ ਦੇ ਉੱਤੇ ਜੋ ਜਸਵੰਤ ਸਿੰਘ ਅਜੀਤ ਜੀ ਔਰ ਮੈਡਮ ਸ਼ੱਗੂ ਨੇ ਜੋ ਬੁੱਕ ਲਿਖੀ ਸੀ ਉਹ ਅੱਜ ਸ਼੍ਰੀ ਵਿਜੇ ਕੁਮਾਰ ਮਲਹੋਤਰਾ ਜੀ ਨੇ ਰਿਲੀਜ਼ ਕੀਤੀ ਹੈ ਔਰ ਪੰਥ ਪ੍ਰਤੀ ਜੋ ਜਥੇਦਾਰ ਸਾਹਿਬ ਦੀ ਜੀਵਨ ਦੇ ਅੰਦਰ ਸੇਵਾਵਾਂ ਸਨ, ਚਾਹੇ ਉਹ ਬੰਗਲਾ ਸਾਹਿਬ ਦੇ ਸਰੋਵਰ ਦੀ ਜ਼ਮੀਨ ਹੋਏ, ਚਾਹੇ ਉਹ ਬੰਗਲਾ ਸਾਹਿਬ ਦੇ ਅੱਗੇ ਜੋ ਸੜਕ ਸੀ ਉਹਦੀ ਬੰਦ ਕਰਾ ਕੇ ਉਹ ਸੜਕ ਨੂੰ ਬੰਦ ਕਰਾਇਆ, ਬਾਲਾ ਸਾਹਿਬ ਹੋਸਪਿਟਲ ਦੀ ਜ਼ਮੀਨ ਹੋਏ, ਮੋਤੀ ਬਾਗ ਸਾਹਿਬ ਦੀ, ਮਜਨੂ ਟਿੱਲਾ ਸਾਹਿਬ ਦੀ, ਨਾਨਕ ਪਿਆਉ ਸਾਹਿਬ ਦੀ ਔਰ ਖਾਸ ਤੌਰ 'ਤੇ ਜੋ ਕੋਤਵਾਲੀ ਉਹਨਾਂ ਨੇ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੂੰ ਦਿੱਤੀ, ਉਹਨਾਂ ਦੀ ਸੇਵਾਵਾਂ ਨੂੰ ਕਦੀ ਵੀ ਦਿੱਲੀ ਦੀ ਸੰਗਤ ਨਹੀਂ, ਥਰੂ ਆਊਟ ਵਰਲਡ ਦੀ ਸਿੱਖ ਸੰਗਤ ਉਹਨਾਂ ਦੀ ਸੇਵਾਵਾਂ ਨੂੰ ਨਹੀਂ ਭੁੱਲ ਸਕਦੀ। ਬੜੇ ਬੜੇ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਆਏ, ਮੇਰੇ ਹਿਸਾਬ ਨਾਲ ਤੀਸਰੀ ਟਰਮ ਮੇਰੀ ਵੀ ਹੈ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸੇਵਾਦਾਰ ਦੇ ਤੌਰ 'ਤੇ। ਜਿਹੜੇ ਉਹਨਾਂ ਤੋਂ ਬਾਅਦ ਪ੍ਰਧਾਨ ਜਾਂ ਪਹਿਲੇ ਆਏ ਸਾਨੂੰ ਵੀ ਨਾਮ ਨਹੀਂ ਪਤਾ, ਲੇਕਿਨ ਜਥੇਦਾਰ ਸੰਤੋਖ ਸਿੰਘ ਇੱਕ ਐਸਾ ਨਾਮ ਸੀ ਜਿਹਨੂੰ ਥਰੂ ਆਊਟ ਵਰਲਡ ਦਾ ਸਿੱਖ ਕਦੀ ਵੀ ਨਹੀਂ ਭੁੱਲ ਸਕਦਾ। ਖਾਸ ਤੌਰ 'ਤੇ ਇਸ ਇਲੈਕਸ਼ਨ ਦੇ ਅੰਦਰ ਮੈਂ ਕਹਾਂਗਾ ਸਿਰਫ ਅਤੇ ਸਿਰਫ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਜੋ ਪਿਛਲੇ 4 ਸਾਲਾਂ ਵਿੱਚ ਦਿੱਲੀ ਦੀ ਸੰਗਤ ਦੀ ਸੇਵਾ ਕੀਤੀ ਔਰ ਖਾਲਸੇ ਦੀ ਗ੍ਰਾਫ ਨੂੰ ਜੋ ਉਹਨਾਂ ਉਚਾਈਆਂ 'ਤੇ ਪਹੁੰਚਾਇਆ, ਚਾਹੇ ਫਤਿਹ ਦਿਵਸ ਹੋਏ ਉਸ ਰੂਪ ਵਿੱਚ, ਬਾਲਾ ਸਾਹਿਬ ਦਾ ਜੋ ਹੋਸਪਿਟਲ ਜੋ ਸਭ ਤੋਂ ਵੱਡੀ ਅਚੀਵਮੈਂਟ ਸੀ ਇਸ ਪਿਛਲੇ 4 ਸਾਲਾਂ 'ਚ ਸਾਡੀ, ਕਿ ਅਸੀਂ ਉਹ ਜਿਹੜਾ ਬੀ ਐਲ ਕਪੂਰ ਨੂੰ ਪਿਛਲੀ ਕਮੇਟੀ ਦੇ ਗਈ ਸੀ, ਅਸੀਂ ਦਿੱਲੀ ਦੀ ਸੰਗਤ ਦੀ ਚੀਜ਼ ਦਿੱਲੀ ਦੀ ਸੰਗਤ ਦੀ ਝੋਲੀ 'ਚ ਪਾਈ। ਉਹ ਯੰਗ ਬਲੱਡ ਨੂੰ ਜੋ ਇਸ ਵਾਰੀ ਉਹਨਾਂ ਨੇ ਤਕਰੀਬਨ 22 ਨਵੇਂ ਚਿਹਰੇ ਉਤਾਰੇ ਔਰ 22 ਚੋਂ ਮੇਰਾ ਖਿਆਲ 16 ਜਾਂ 17 ਸਾਡੇ ਜਿਹੜੇ ਨੌਜਵਾਨ ਸਾਥੀ ਨੇ ਸਾਡੇ ਨਾਲ ਜਿੱਤ ਕੇ ਇਸ ਨਵੀਂ ਕਮੇਟੀ 'ਚ ਆਏ ਨੇ ਔਰ ਇਹਨਾਂ ਨਵਿਆਂ 'ਚ ਅੱਜ ਤੋਂ ਕਈ ਸਾਲ ਬਾਅਦ ਜਦੇ ਨਾਇਕ ਸਾਡੇ ਨਾਲ ਰਹਿ ਕੇ ਸੰਗਤਾਂ ਦੀ ਸੇਵਾ ਕਰਨਗੇ, ਇਹਨਾਂ ਵਿੱਚੋਂ ਹੀ ਕੋਈ ਪ੍ਰਧਾਨ ਹੋਏਗਾ, ਸਕੱਤਰ ਹੋਏਗਾ, ਸਾਰੀ ਜ਼ਿੰਦਗੀ ਕਿਸੇ ਨੇ ਨਹੀਂ ਇੱਕ ਜਗ੍ਹਾ 'ਤੇ ਰਹਿਣਾ। ਪ੍ਰਧਾਨ ਇਹਨਾਂ 'ਚੋਂ ਇਹ ਯੰਗ ਨੇ, ਕੱਲ੍ਹ ਸਾਡੀ ਏਜ 'ਚ ਆਣਗੇ, ਇਹਨਾਂ ਵਿੱਚੋਂ ਹੀ ਕੋਈ ਪ੍ਰਧਾਨ ਬਣੇਗਾ, ਸਕੱਤਰ ਬਣੇਗਾ। ਇਹ ਸਰਦਾਰ ਮਨਜੀਤ ਸਿੰਘ ਜੀ ਕੇ ਦੀ ਸੋਚ ਸੀਗੀ ਯੰਗ ਬਲੱਡ ਨੂੰ।